ਸਤਾ ਜੀ ਤਿੰਨ ਸ਼ਿਪ ਇਹ ਨੇ ਤਿੰਨ ਜਿਹੜੇ ਤੁਸੀਂ ਕਹਿ ਰਹੇ ਜੀ ਇਹ ਉਹ ਤਿੰਨ ਸ਼ਿਪ ਨੇ ਜਿਹੜੇ ਮੈਂ ਤੁਹਾਨੂੰ ਰਾਤੀ ਵੀ ਦੱਸ ਰਿਹਾ ਸਾਂ ਕਿ ਸਤਾ ਜੀ ਮੈਂ ਨਾ ਇੱਕ ਗਲਤੀ ਕਰ ਬੈਠਾ ਉਹ ਕੀ ਪੈਸੇ ਪਏ ਸੀ ਮੈਂ ਬਸ ਕਿਸੇ ਬੰਦੇ ਦੇ ਮੈਂ ਇਹ ਰੰਗ ਦੁਬਾਰਾ ਹੋਇਆ ਜਾਂ ਨਹੀਂ ਗਾ ਇਹ ਨੇ ਤਿੰਨ ਹਾਂਜੀ ਇੱਕ ਤੇ ਹੋਰ ਕੀ ਖਰਾਬੀ ਕੀ ਹੋਈ ਖਰਾਬੀ ਨਹੀਂ ਸਤਾ ਜੀ ਇਹ ਮੈਨੂੰ ਹੋ ਗਿਆ ਗੇੜਾ ਅੱਛਾ ਇੱਕ ਤੇ ਇਹ ਰੰਗ ਜੈਨੂਇਨ ਨਹੀਂ ਗਾ ਰੰਗ ਬਾਅਦ ਚ ਕਰਾਇਆ ਇਹਨਾਂ ਨੇ ਕਿਤੋਂ ਨਾ ਉਤੋਂ खिलारे ना इथे भी लाए ने चढ़ गई तस्वीर लानी है जहाज जहाज से इतने बंदा कामो की बंदा मुलाजमत करता ਗੌਰਮੈਂਟ ਜੋਬ ਕਰਦਾ ਉਹਨੇ ਕਿਹਾ ਦੇ ਦੇ ਮੈਨੂੰ ਤਿੰਨੇ ਲੇਕਿਨ ਰੇਟ ਉਹਨਾਂ ਗੱਲ ਚਾ ਰਹੇ ਇਹਦੇ ਗੇਅਰ ਬਕਸੇ ਦਾ ਰੌਲਾ ਸਾ ਜੀ ਇਹਦਾ ਗੇਅਰ ਬਕਸਾ ਲੱਭਦਾ ਨਹੀਂ ਕਿਉਂ ਨਹੀਂ ਲੱਭਦਾ ਬਸ ਜਿਹਨਾਂ ਨੇ ਬਣਾਇਆ ਉਹਨਾਂ ਕੋਲ ਰਾਬਤਾ ਕਰ ਨਹੀਂ ਉਹ ਬੰਦ ਹੋ ਗਏ ਨੇ ਉਹ ਕਹਿੰਦੇ ਨਵਾਂ ਪਵਾ ਲਓ ਨਵੇਂ ਦੀ ਹਿੰਮਤ ਨਹੀਂ ਗਈ ਉਹਨੇ ਤਾਂ ਜਹਾਜ਼ ਆ ਉਹਨੇ ਦਾ ਗੇਅਰ ਬਕਸਾ ਕਸਮ ਹੈ ਹਾਂਜੀ ਇਹਦਾ ਤੇ ਇਹਦਾ ਕੀ ਮਸਲਾ ਇਹਦੀ ਪੁਲੀ ਦਾ ਰੌਲਾ ਇਹਦੀ ਪੁਲੀ ਤੋਂ ਨਾ ਬੈਲਟ ਲੱਥ ਜਾਂਦਾ ਬਾਕੀ ਸਤਾਰ ਜੀ ਇਹ ਕਿਹੜਾ ਮੋਬਾਈਲ ਵਗੈਰਾ ਕਿਹੜਾ ਪਵਾ ਰਹੇ ਹੋ ਇਹ ਚ 5W30 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 ਕਿੰਨਾ ਕਿੰਨਾ ਪੈ ਜਾਂਦਾ ਉਹ ਡੱਬਾ ਮਿਲਦਾ ਉਹ ਮੈਂ ਆਪੇ ਥੱਲੇ ਬਦਲ ਕੇ ਬਦਲ ਲੈਣਾ ਨਾ ਥੱਲੇ ਉਹਦਾ ਨਟ ਖੋਲ ਕੇ ਨਾ ਮੈਂ ਬਦਲ ਲੈਣਾ ਨਾ ਉਹ ਪਿੱਛੇ ਦੇਖ ਰਿਹਾ ਉਹ ਔਰੇਂਜ ਕਲਰ ਦਾ ਜਾ ਰਿਹਾ ਇੱਕ ਹਾਂਜੀ ਹਾਂਜੀ ਉਹ ਮੈਂ ਪਰਸੋਂ ਵੇਚਿਆ ਇਹਨੂੰ ਅੱਛਾ ਉਹ ਕਿੰਨੇ ਦਾ ਵੇਚਿਆ ਸਾ ਜੀ ਉਹ ਬਸ ਨਾ ਪੁੱਛੋ ਉਹ ਚਾੜਾ ਮਾੜਾ ਸੀ ਇੰਡੀਆ ਤੋਂ ਆਇਆ ਸੀ ਕਹਿੰਦਾ ਕੰਮ ਹੈ ਨਹੀਂ ਮੈਂ ਕਹਿੰਦਾ ਤੂੰ ਆ ਚਲਾ ਲਾ ਚਲਾ ਲਾ ਆ ਤੇ ਚਲਾ ਹੀ ਰਿਹਾ ਸਵਾਰੀਆਂ ਭਾਈਆਂ ਨੇ ਨਹੀਂ ਤੇ ਵੇਚਿਆ ਨਹੀਂ ਉਹਨੂੰ ਕਿ ਚਲਾਉਣ ਨੂੰ ਦਿੱਤਾ ਵੇਚਿਆ ਨਾ ਲੇਕਿਨ ਪੈਸੇ ਮੈਂ ਦੇ ਦਾਂਗਾ ਕਹਿੰਦਾ ਹੌਲੀ ਹੌਲੀ ਮੈਂ ਕਹਿੰਦਾ ਥੋੜੇ ਥੋੜੇ ਕਰਕੇ ਦੇਈ ਜੀ जिथे कोई वजन वाली चीज ना उधर जाई दा ही नहीं मेनू विकन आया यानी के बेसिकली तीन ही मेरे ने लेकिन दोस्त का विकन आया मैं लाया ओएलएक्स ते सोहना लग रहा क्यों नहीं रख रहे सोहना नहीं लग रहा सोहना होना वा 2000 रुपया लगना इतना सोहना होना एक हैप्पी लैग का डब्बा होना वा किलो वाला रंग फेर देना अगे भी इदा ही सोने हुए लेकिन वो कह रहा मैं उतो तीन ला लेने ड्रम मैं कह नहीं मैं ला देने सवारियां किस टाइम कोई बंदा 25-30 आ जांदे ने टूरिस्ट ओके ओ कहंदे भाई सारा सन दे दियो सालम सालम बैरी जहाज करा के ते असी तुर पईदा हुण वड्डा मैं किथे भरदा फिरांगा जांदा फिरां नाले इथों उथे जाणा उथे मैं किथे टाइटैनिक लै के जांदा फिरां ओ भावें चढ़े ही ना इत्थे हां सही गल आ अच्छा कोई लांचां वगैरह भी है ने छोटियां जिहड़ियां एवें किश्तियां बोट टाइप आ जिहड़ियां खलोतियां जिस तरह उहदे विच रखियां हुंदियां सी किथे असी ऐसी जगह ते जिथे सवारी सानूं कहंदी भाई इत्थे मैं तेरा फिरना उहनूं छोटी जिहा के नूं जा फिर के आ जा असी ते खड़े आ थोड़ा मेरा भी बनता पिया मैं तेन उस्ताद दो जहाज खड़े है दो जहाज खड़े है कराची मोंकी गा बंदरगाह समुंदर चो सीधा उन्हें तुरना वा इत्थे आ जाएगा उत्थे तेरे मैं अटैचमेंट करा के इत्थे आके ठीक करा ली
ਅੰਦਰੋਂ ਓਕੇ ਆ, ਇੰਜਨ ਚੇਸੀ ਨੰਬਰ ਯੇ ਵੋ ਕਾਪੀ ਉਹਨਾਂ ਦੀ ਜੈਨੂਇਨ ਟੋਕਨ ਲਾਈਫ ਟਾਈਮ ਲੱਗੇ ਆ, ਸਟੱਪਣੀ ਹੈ ਨਾਲ, ਸਟੱਪਣੀ ਮੈਂ ਕਹਿੰਦਾ ਜੋ ਹਰ ਚੀਜ਼ ਹੈਗੀ ਸਟੱਪਣੀ ਦੀ ਕਿਹੜੀ ਗੱਲ, ਬਾਕੀ ਉਹਦੇ ਵਿੱਚ ਅਤੇ ਸਵਾਰੀਆਂ ਵੀ ਨਾਲ ਦੇ ਰਿਹਾ ਕਈ, ਉਹ ਕਹਿੰਦਾ 20 ਸਵਾਰੀਆਂ ਵੀ ਨਾਲ ਲੈ ਲਓ, ਉਹ ਮੈਂ ਦੇਖਿਆ ਚੱਲਦਾ ਹੀ ਆ ਕਿਤੇ, ਮੈਂ ਦੇਖਿਆ ਵਿੱਚ ਬਜ਼ੁਰਗ ਬਜ਼ੁਰਗ ਸੀ, ਮੈਂ ਕਹਿੰਦਾ ਇਹ ਤਾਂ ਐਕਸਪਾਇਰ ਹੋਣ ਵਾਲੀਆਂ, ਸਹੀ ਦੇ ਕੋਈ ਜਿਹੜੀ ਕੱਢ ਜਾਣ, ਹਾਂ ਉਹਦੇ ਕੋਲ ਦੋ ਸਵਾਰੀਆਂ ਬਹੁਤ ਆਲਾ ਪਈਆਂ ਨੇ, ਮੈਂ ਕਿਹਾ ਇਹ ਦੇ, ਉਹ ਨਹੀਂ ਦੇ ਰਿਹਾ। ਦਸ ਰੁਪਏ 20 ਰੁਪਏ ਕਿਲੋ ਲੈ ਲਾ ਭਰਾ, ਲੱਗਦੇ ਤੁਸੀਂ ਕੋਈ ਚੰਗਾ ਜਿਹਾ ਮਸ਼ਵਰਾ ਦੇ ਦਿਓ ਕਿ ਬਈ ਕਿਹ ਚ ਬਚਤ ਹੋ ਜਾਏਗੀ, ਜਰਾ ਇਕੱਠਾ ਮੇਰੇ ਕੋਲ ਨੀ ਪੈਸਾ ਦਿੱਤਾ ਜਾਣਾ ਤੁਹਾਨੂੰ, ਤੁਸੀਂ ਇੰਜ ਕਰੋ ਕੋਈ ਕਿਸ਼ਤਾਂ ਕਰ ਲਓ। ਚਲੋ ਕਰ ਲਾਂਗੇ, ਕਰ ਲੈਣਾ ਮੈਂ ਗੁੱਸਾ, ਕੋਈ 29 ਸਾਲ ਦੀਆਂ ਕਿਸ਼ਤਾਂ ਕਰ ਲਾ, ਕਰ ਲੈਣਾ। ਮੇਰੇ ਨਾ ਬਾਹਰੋਂ ਸ਼ਿਪ ਆ ਰਹੇ ਆ, ਬਾਹਰੋਂ ਸ਼ਿਪ ਹੋਰ ਆ ਰਹੇ ਆ, 14-15 ਸ਼ਿਪ ਆਉਣੇ ਮੇਰੇ ਬਾਹਰੋਂ। ਅੱਛਾ, ਹਾਂ ਉਹ ਤੂੰ ਬਸ ਤੈਨੂੰ ਮੈਂ ਫੋਨ ਕਰਾਂਗਾ, ਤੂੰ ਸ਼ਿਪ ਕਰਕੇ ਤੂੰ ਆ ਜੀ ਜਦੋਂ ਆਉਣ, ਹਾਂ ਅਤੇ ਉਹਦੇ 'ਚੋਂ ਤੈਨੂੰ ਮੈਂ ਦੋ ਦਾਣੇ ਤੈਨੂੰ ਮੈਂ ਕਢਾ ਦਿਆਂਗਾ, ਦੋ ਦਾਣੇ ਤੂੰ ਲੈ ਜੀ ਅਤੇ ਉਹਨੂੰ ਜਿੱਥੇ ਮਰਜ਼ੀ ਪਾ ਕੇ ਚਲਾ। ਉਹ ਇਹ ਸਮੁੰਦਰ ਮੁੱਕ ਜੇ ਨਾ ਅੱਗੋਂ ਰੋਡ 'ਤੇ ਵੀ ਚੜ ਜਾਂਦੇ ਆ ਇਹੋ ਜਿਹਾ। ਅੱਛਾ ਜੀ, ਹਾਂਜੀ, ਇਹ ਜਦੀਦ ਕੋਈ ਟੈਕਨੀਕ? ਜਦੀਦ ਨਹੀਂ ਹੈ ਇਹ, ਪਤਾ ਹੀ ਨਹੀਂ ਕਿਸੇ ਨੂੰ, ਇਹਦੇ ਡਰਾਈਵਰਾਂ ਨੂੰ ਪਤਾ ਹੀ ਨਹੀਂ ਵੀ ਇਹ ਬਟਨ ਤੋਂ ਥੱਲੇ ਉਹਦੇ ਟਾਇਰ ਜਿਵੇਂ ਵੱਡੇ ਜਹਾਜ਼ ਦੇ ਟਾਇਰ ਖੁੱਲਦੇ ਆ, ਆਹੋ ਆਹੋ, ਇਹਦੇ ਵੀ ਟਾਇਰ ਖੁੱਲਦੇ ਆ। ਇਹ ਕਈ ਵਾਰੀ ਇੱਦਾਂ ਹੋਇਆ ਅੱਗੇ ਰੁਕਣ ਲਈ ਜਗ੍ਹਾ ਨਹੀਂ ਸੀ, ਇਹ ਭਾਈ ਸਵਾਰੀ ਨੂੰ ਘਰ ਵੀ ਲਾ ਹੁੰਦਾ ਵਾ, ਖੁਸ਼ਕੀ ਵਾਲੀ ਕਿਸ਼ਤੀਆਂ। ਮੈਂ ਕਹਿੰਦਾ ਤੈਨੂੰ ਪਤਾ ਹੀ ਨਹੀਂ ਹੈ, ਇਹ ਉੱਡ ਵੀ ਉੱਡਣ ਵਾਲਾ ਵੀ ਇੱਕ ਹੈਗਾ ਜਹਾਜ਼ ਵਿੱਚ, ਉੱਡ ਵੀ ਪੈਂਦਾ ਬੈਰੀ ਜਹਾਜ਼, ਦੇਖਿਆ ਕਦੀ ਬੈਰੀ ਜਹਾਜ਼ ਇੰਜ ਜਾ ਰਿਹਾ ਉੱਤੇ? ਇਹਦੀ ਮੈਨੂੰ ਥੋੜ੍ਹੀ ਜਿਹੀ ਸ਼ਕਲ ਲੱਗਦੀ ਪਈ ਹੈ। ਆਹੋ, ਲੇਕਿਨ ਮੈਂ ਦੱਸ ਨਹੀਂ ਨਾ ਰਿਹਾ ਤੈਨੂੰ, ਇੱਦਾਂ ਆਈਡੀਆ ਚੋਰੀ ਹੋ ਜਾਂਦਾ ਯਾਰ, ਆਈਡੀਆ ਤਾਂ ਚੋਰੀ ਜਿਹੜਾ, ਸਾਜਵੇਦ ਨਹੀਂ ਜਿਹੜਾ ਮੇਰੇ ਕੋਲ, ਆਹੋ ਆਹੋ, ਉਹਦੇ ਕੋਲ ਮੈਂ ਇਹਦੇ 'ਚ ਬਹੁਤ ਪੰਗੇ ਕਰਾਏ ਨੇ, ਹਰ ਆਪਸ਼ਨ ਪਵਾ ਲਈ ਉਹਦੇ ਕੋਲ, ਹਰ ਸਵਾਰੀ ਦੇ ਪੈਰ ਥੱਲੇ ਬ੍ਰੇਕ ਹੁੰਦੀ ਜਿਹੜਾ ਮਰਜ਼ੀ ਰੋਕ ਲਵੇ, ਉਹ ਜਿਵੇਂ ਟ੍ਰੇਨ 'ਚ ਚੇਨ ਲੱਗੀ ਹੁੰਦੀ। ਹਾਂ ਨਹੀਂ, ਉਹਦੇ ਇੱਕ ਡੱਬੇ 'ਚ ਇੱਕ ਲੱਗੀ, ਜਿੰਨੀਆਂ ਸਵਾਰੀਆਂ ਨੇ ਉਹਨਾਂ ਦੇ ਥੱਲੇ ਰੇਸ ਵੀ ਹੋਏਗੀ, ਬ੍ਰੇਕ ਵੀ, ਕਲੱਚ ਵੀ, ਗੇਅਰ ਵੀ, ਹਰ ਸਵਾਰੀ ਆਪਣੇ ਹਿਸਾਬ ਨਾਲ ਚਲਾ ਰਹੀ, ਹਰ ਸਵਾਰੀ ਨਸਾ ਰਿਹਾ, ਦੂਜਾ ਰੋਕੀ ਜਾ ਰਿਹਾ, ਅਤੇ ਉਹ ਉੱਥੇ ਹੀ ਆ, ਅਤੇ ਹਰ ਸਵਾਰੀ ਡਰਾਈਵਰ ਆ ਯਾਨੀ ਕਿ। ਹਾਂਜੀ, ਆਪਣੇ ਆਪਣੇ ਹਿਸਾਬ ਨਾਲ ਨਸਾਈ ਜਾਂਦੇ ਨੇ ਨਾ, ਉਹਨੇ ਕਿਹਾ ਯਾਰ ਇੱਕ ਮਿੰਟ ਤਰ੍ਹਾਂ ਮੈਨੂੰ ਨਸਾ ਲੈਂਦੇ, ਉਹਨੇ ਕਿਹਾ ਚੱਲ ਠੀਕ ਆ, ਬਾਕੀ ਉਹਨੂੰ ਕਹਿੰਦਾ ਪੈਰ ਚੁੱਕੋ ਯਾਰ, ਸਾਰੇ ਪੈਰ ਚੁੱਕ ਲੈਂਦੇ, 2 ਮਿੰਟ ਮਜ਼ਾ ਲੈ ਕੇ, ਉਹ ਕਹਿੰਦਾ ਯਾਰ ਹੁਣ ਮੈਂ ਚਲਾਉਣਾ, ਜਿੱਥੇ ਮਰਜ਼ੀ ਜਿਹੜਾ ਮਰਜ਼ੀ ਰੋਕ ਲੈਂਦਾ, ਆਪੇ ਬ੍ਰੇਕ ਮਾਰ ਕੇ ਉੱਤਰ ਜਾਂਦੇ, ਆਪੇ ਰੇਸ ਦੇ ਕੇ ਤਾਂ ਨਸਾ ਲੈ। ਇਹਦੇ 'ਚ ਆਪਸ਼ਨ ਉਸਤਾਦ ਜਵੇਦ ਕੋ ਕਰਾਇਆ ਮੈਂ। ਅੱਛਾ, ਉਸਤਾਦ ਜਵੇਦ ਵੀ ਸੁਰਚਾਲਾ ਬੰਦਾ, ਉਸਤਾਦ ਜੀ ਹੈ ਅਤੇ ਸੈਂਟਰ ਵਾਲੇ ਦੇ ਟੈਂਪੀ ਟਾਕੇ ਮੈਂ ਪੁਆਏ ਨਾ, ਜਾਨੀ ਦੇ ਜਹਾਜ਼ ਆ ਉੱਤੇ ਥੱਲੇ ਲਹਾਇਆ ਸਜਾਦ ਜਾਨੀ, ਥੱਲੇ ਮੱਛੀ ਪੜਦੀ ਸਜਾਦ ਜਾਨੀ, ਉੱਥੋਂ ਪਰੇ ਹੋ ਜਾਂਦੀ ਪਾਣੀ ਗੈਰ ਚ ਛੱਡ ਦਿੰਦਾ ਜਾ ਕੇ। ਚਲੋ ਜੀ, ਲੋ ਜੀ ਨਾਜ਼ਰੀਨ, ਜਹਾਜ਼ ਦੀ ਲਈ ਵਿੱਚ ਹੀ ਕਰਨੀ ਹੋਵੇ, ਤੁਹਾਡੇ ਕੋਲ ਜਹਾਜ਼ ਪੁਰਾਣਾ ਖੜਾ ਹੋਵੇ, ਕੋਈ ਤੁਸੀਂ ਵੇਚਣਾ ਹੋਵੇ, ਕੋਈ ਨਵਾਂ ਲੈਣਾ ਹੋਵੇ, ਕਿਸੇ ਦੋਸਤ ਨੂੰ ਚਾਹੀਦਾ ਹੋਵੇ ਬੈਰੀ ਜਹਾਜ਼, ਆਪਣਾ ਬਹੁਤ ਖਿਆਲ ਰੱਖਣਾ, ਅਸੀਂ ਹੁਣ ਚੱਲੇ ਆ ਲਾਲ ਕਿਲੇ, ਭੁੱਖ ਬਹੁਤ ਲੱਗ ਗਈ, ਉੱਥੇ ਰੋਟੀ ਖਾ ਚੱਲੇ, ਆ ਜਾਓ ਚੱਲੀਏ। ਓਕੇ ਜੀ, ਓਕੇ।